ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੰਥਕ ਅਕਾਲੀ ਲਹਿਰ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਤੇ ਜਥੇਬੰਦੀ ਦੇ ਪ੍ਰਧਾਨ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਦੇ ਨਾਲ ਹੋਰ ਵੀ ਧਾਰਮਿਕ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ। ਇਸ ਮੌਕੇ ਤੇ ਜਥੇਦਾਰ ਰਣਜੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਜਿਹੜੀ ਧਾਰਮਿਕ ਪਾਰਟੀ ਬਣਾਈ ਗਈ ਹੈ ਉਹ SGPC ਨੂੰ ਬਾਦਲਾਂ ਦੇ ਚੰਗੁਲ ਚੋਂ ਕੱਢਣ ਲਈ ਬਣਾਈ ਗਈ ਹੈ। ਜਥੇਦਾਰ ਨੇ ਕਿਹਾ ਕਿ ਇਹ ਨਿਰੋਲ ਧਾਰਮਿਕ ਪਾਰਟੀ ਰਾਜਨੀਤੀ ਦੇ ਵਿੱਚ ਨਹੀਂ ਆਵੇਗੀ। ਉੱਥੇ ਉਹਨਾਂ ਨੇ ਬਲੈਕਲਿਸਟ 'ਚ ਪਏ ਸਿੱਖਾਂ ਨੂੰ ਰਿਹਾਅ ਕਰਨ ਤੇ ਵੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਿਹੜੇ ਸਿੱਖਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਕਿ ਉਹ ਸਜ਼ਾ ਭੁਗਤ ਚੁੱਕੇ ਸਿੱਖਾਂ ਨੂੰ ਰਿਹਾਅ ਕਰ ਰਹੀ ਹੈ। ਇੱਕ ਬਾਬੇ ਕਿਆਂ ਦੀ ਪਾਤਸ਼ਾਹੀ ਸੀ, ਉਹਦੇ ਤੇ ਬਾਬਰ ਕੇ ਰਾਜ ਕਰ ਰਹੇ ਆ ਤੇ ਉਹਨੂੰ ਰੋਲਦੇ ਪਏ। ਇਹਨੂੰ ਤੁਸੀਂ ਬਚਾ ਸਕਦੇ ਤਾਂ ਬਚਾ ਲਓ। ਉਹਦੇ ਲਈ ਅਸੀਂ ਤੁਰੇ ਹਾਂ, ਅਸੀਂ ਉਹਦੇ ਲਈ ਸਹਿਯੋਗ ਮੰਗਿਆ ਆਲ ਓਵਰ ਵਰਲਡ ਵਿੱਚ ਵੱਸਦੇ ਸਿੱਖਾਂ ਦਾ ਕਿ ਤੁਹਾਡਾ ਸਾਥ ਚਾਹੀਦਾ, ਤੁਹਾਡਾ ਸਹਿਯੋਗ ਚਾਹੀਦਾ, ਤੁਸੀਂ ਸਾਡੇ ਪਿੱਠ ਤੇ ਹੋਵੋਗੇ ਤਾਂ ਅਸੀਂ ਇਹ ਲੜਾਈ ਜਿੱਤ ਸਕਦੇ। ਇਹ ਮਕਸਦ ਸੀ ਅਸਲ। ਅਗਲਾ ਸਟੈਪ ਕੀ ਹੋਏਗਾ ਬਾਬਾ ਜੀ? ਹਾਂਜੀ, ਅਗਲਾ ਸਟੈਪ ਸਾਡਾ ਇਹੀ ਹੋਊਗਾ ਵੀ ਅਸੀਂ ਜਿੱਥੋਂ ਤੱਕ ਪੰਜਾਬ ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਸੀ 150 ਦੇ ਕਰੀਬ ਛੋਟੀਆਂ ਨੁੱਕੜ ਮੀਟਿੰਗਾਂ, ਉਹਨਾਂ ਮੀਟਿੰਗਾਂ ਦੇ ਵਿੱਚੋਂ ਅਸੀਂ ਇਹ ਵੱਡੀ ਮੀਟਿੰਗ ਬੁਲਾਈ ਹੈ ਅਤੇ ਅਗਲਾ ਜਿਹੜਾ ਸਮਾਂ ਸਾਡਾ ਜਿੱਦਾਂ ਵੀ ਆ ਉਹ ਪੰਜਾਬ ਦੇ ਵਿੱਚ ਪਿੰਡਾਂ 'ਚ ਸਿੱਖ ਸੰਗਤਾਂ ਸਾਨੂੰ ਜਿੱਥੇ ਬੁਲਾਉਣਗੀਆਂ, ਜਿਹੜੇ ਵੀ ਪਿੰਡ 50 ਸਿੱਖ ਸਾਨੂੰ ਬੁਲਾਉਣਗੇ ਅਸੀਂ ਉੱਥੇ ਜਾ ਕੇ ਸਾਰੀ ਗੱਲ ਦੱਸਾਂਗੇ, ਜਾਣਕਾਰੀ ਦੇਵਾਂਗੇ ਕਿ ਪ੍ਰਕਾਸ਼ ਸਿੰਘ ਬਾਦਲ ਨਗੋਰਾ ਹੈ, ਵਪਾਰੀ ਆ ਅਤੇ ਇਹ ਵਫਾਦਾਰ ਗੁਰੂ ਦਾ ਨਹੀਂ ਰਾਮ ਰਹੀਮ ਦਾ ਵਫਾਦਾਰ ਆ, ਇਹ ਨੂਰ ਮਹਿਲੀਆ ਦਾ ਵਫਾਦਾਰ ਆ, ਇਹ ਨਰਕਧਾਰੀਆਂ ਦਾ ਵਫਾਦਾਰ ਆ, ਗੁਰੂ ਰਾਮਦਾਸ ਦਾ ਵਿਰੋਧੀ ਆ। ਅੱਜ ਇਹਦੀ ਵਜ੍ਹਾ ਨਾਲ ਅਕਾਲ ਤਖ਼ਤ ਜਿਹੜਾ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕੀਤੀ ਖੜ੍ਹਾ, ਅਕਾਲੀ ਦਲ ਪਿੱਠ ਕੀਤੀ ਖੜ੍ਹਾ, ਪ੍ਰਬੰਧਕ ਕਮੇਟੀ ਪਿੱਠ ਕੀਤੀ ਖੜ੍ਹੀ ਆ, ਉਹ ਵਫਾ ਕਰ ਰਹੀ ਅਤੇ ਬਾਦਲ ਅਤੇ ਉਹਦੇ ਪਰਿਵਾਰ ਨਾਲ ਜਿਹੜੇ ਨਗੂਰੇ ਪਰਿਵਾਰ ਨੇ ਅਤੇ ਜਿਹੜੇ ਸਵਾਰਥੀ ਨੇ ਜਿੱਦਾਂ ਗੁਰੂ ਘਰ ਨੂੰ ਉਹਦੇ ਸਰਮਾਏ ਨੂੰ ਉਹਦੀਆਂ ਜ਼ਮੀਨਾਂ ਨੂੰ ਲੁੱਟ ਲਿਆ ਅਤੇ ਲੁਟਾ ਤਾ। ਦੇਖੋ ਇੱਕ ਤਾਂ ਨਾ ਅਜੇ ਤੱਕ ਕਲੀਅਰ ਨਹੀਂ ਕੀਤਾ ਕਿਹੜੇ ਬੰਦੇ ਛੱਡ ਰਹੇ ਆ, ਪਰ ਜਿਹੜੇ ਵੀ ਛੱਡ ਰਹੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜੇ ਕੋਈ ਚੰਗਾ ਕੰਮ ਸਰਕਾਰ ਕਰੂਗੀ ਅਸੀਂ ਉਹਦਾ ਵੈਲਕਮ ਕਰਾਂਗੇ, ਪਰ ਅਸੀਂ ਚਾਹੁੰਦੇ ਹਾਂ ਵੀ ਜਿਹੜੇ 30-30 ਸਾਲ ਤੋਂ ਅੰਦਰ ਜਿਹਨਾਂ ਸੜ ਰਹੇ ਆ ਉਹਨਾਂ ਨੂੰ ਹੁਣ ਛੱਡੋ, ਵੀ ਆਫਟਰ ਆਲ ਉਮਰ ਕਿੰਨੀ ਕੁ ਹੁੰਦੀ ਆ ਅਤੇ ਇੰਨਾ ਤੁਸੀਂ ਅੰਤ ਲੈ ਰਹੇ ਹੋ। ਇੱਥੇ ਪ੍ਰਤਿਗਿਆ ਠਾਕਰ ਹੈ ਜਿਹੜੀ 75 ਲੋਕਾਂ ਦੀ ਕਾਤਲ ਆ ਅਤੇ ਉਹਨੂੰ ਤੁਸੀਂ ਮਿੰਟਾਂ 'ਚ ਕਲੀਅਰ ਕਰਕੇ ਕੋਰਟ ਤੋਂ ਅਤੇ ਸੰਸਦ 'ਚ ਭੇਜਤਾ ਅਤੇ ਆਫਟਰ ਆਲ ਇਹ ਸਾਡੇ ਪੰਜਾਬ ਦੇ ਬੱਚੇ ਨੇ ਜਿਹੜੇ ਬਜ਼ੁਰਗ ਹੋ ਗਏ ਤੁਹਾਡੀਆਂ ਜੇਲ੍ਹਾਂ 'ਚ ਛੱਡਦੇ ਪਏ ਨੇ ਅਤੇ ਸਾਡੀ ਪੰਜਾਬ ਦੀ ਇਹ ਜਾਇਦਾਦ ਆ ਅਤੇ ਸਾਡੇ ਜੇ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਤਾਂ ਤੁਸੀਂ ਕਰੋ, ਕਿਉਂਕਿ ਜੇ ਤੁਸੀਂ ਸਾਨੂੰ ਪੰਜਾਬ ਨੂੰ ਸਿੱਖਾਂ ਨੂੰ ਇੱਕ ਦੇਸ਼ ਦਾ ਹਿੱਸਾ ਸਮਝਦੇ ਹੋ ਅਤੇ ਹਮਦਰਦੀ ਵਾਲਾ ਰੁੱਖ ਅਖਤਿਆਰ ਕਰੋ ਅਤੇ ਜਿਹੜੇ ਸਿੱਖਾਂ ਨੂੰ ਛੱਡਣ ਲਈ ਉਹ ਕਹਿ ਰਹੇ ਨੇ 8 ਜਾਂ 9, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਅਤੇ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਸਿੱਖਾਂ ਨੂੰ ਛੱਡੋ। ਜਥੇਦਾਰ ਸਾਹਿਬ, ਜਿਹੜਾ ਇੱਕ ਰਵਨੀਤ ਬਿੱਟੂ ਕਹਿ ਰਿਹਾ ਕਿ ਮੈਂ ਮੋਦੀ ਨੂੰ ਵੀ ਮਿਲਾਂਗਾ ਵੀ ਜਿਹੜੀ ਰਾਜੂ ਰਾਣਾ ਦੀ ਫਾਂਸੀ, ਉਹ ਉਹਨਾਂ ਦਾ ਪੋਲੀਟੀਕਲ ਏਜੰਡਾ ਹੈ ਜਾਂ ਉਹਨਾਂ ਦੀ ਨਿੱਜੀ ਉਹਨਾਂ ਦੀ ਗੱਲ ਆ, ਉਹਦੇ ਵਿੱਚ ਅਸੀਂ ਆਪਣੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ TV NRI ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।